मूसे पिंड दे लोक ते आले दुआले दे पिंडां दे लोक ने जिहड़े ओह इत्थे इकट्ठे होए ने। महिलावां तुसीं देख सकदे हो इस पिंड दीआं जिन्हां दे मन अंदर दुख है क्योंकि इह ओह पिंड आ जिसनूं कोई जाणदा नहीं हुंदा सी। उस पिंड दा नाम अंतरराष्ट्री पद्धर ते लिजाण वाला सिद्धू मूसेवाला अज इन्हां लोकां दे विचकार नहीं रिहा। दुख बहुत वड्डा है जिहनूं बर्दाश्त करना बहुत औखा है। परिवार उत्ते दुखां दा पहाड़ आ जिहड़ा ओह इकदम टुट पिया। सो इत्थे मौजूद लोकां नाल गल्लबात करन दी कोशिश करांगे ते जाणांगे कि सिद्धू मूसेवाला दा सुभाअ जिहड़ा ओह किद्दां सी। हाँ जी, जदों पता लग्गिया कि सिद्धू दा इस तरह कतल कर दित्ता गया तां की महसूस होया? बहुत बुरा महसूस होया वीरे, धरती भारनी चल रही सी। किहनूं जिम्मेवार मानदे हो? दोषियां नूं सज़ा दित्ती जावे वीरे, सख्त तों सख्त। जिहड़े इन्ने वधिया नौजवान ने दीप सिद्धू, नंगल अंबिया, सारिआं नूं चुक चुक के मारी जांदे ने। साडे देश दे जिहड़े वधिया नौजवान ने, साडे पंजाब दा नां रोशन करदे ने, उहनां नूं खतम करी जांदे ने। साडे पिछे की बचूगा वीरे? सिद्धू दा सुभाअ किद्दां दा सीगा? बहुत वधिया सुभाअ सी वीरे, बहुत ज़्यादा वधिया। ਪਿੰਡ ਵਿੱਚ ਕਿਵੇਂ ਮਿਲਦਾ ਹੁੰਦਾ ਸੀ ਸਭ ਨੂੰ? ਬਹੁਤ ਵਧੀਆ ਮਿਲਦਾ ਸੀ ਵੀਰੇ, ਕਦੇ ਐਂ ਨਹੀਂ ਸੋਚਿਆ ਸੀ ਉਹਨੇ ਤਾਂ ਵੀ ਮੈਂ ਕੋਈ ਐਡਾ ਵੱਡਾ ਸਿੰਗਰ ਹਾਂ। ਆਮ ਲੋਕਾਂ ਵਾਂਗੂ ਮਿਲਦਾ ਸੀ ਵੀਰੇ। ਜੇ ਗੱਲ ਕੀਤੀ ਜਾਵੇ ਜਦੋਂ ਤੁਸੀਂ ਉਹਦੇ ਘਰ ਆਉਂਦੇ ਜਾਂਦੇ ਸੀ ਤਾਂ ਕੀ ਮਹਿਸੂਸ ਹੁੰਦਾ ਸੀ ਕਿ ਇਹ ਬੰਦਾ ਕੈਨੇਡਾ ਵੀ ਰਹਿ ਸਕਦਾ ਸੀ, ਅਮਰੀਕਾ ਵੀ ਰਹਿ ਸਕਦਾ ਸੀ, ਇਹਨੇ ਰਹਿਣ ਵਾਸਤੇ ਆਪਣਾ ਪਿੰਡ ਹੀ ਚੁਣਿਆ? ਵੀਰੇ ਉਹਦੀ ਸੋਚ ਬਹੁਤ ਵਧੀਆ ਸੀ, ਉੱਚੀ ਸੋਚ ਸੀ ਉਹਦੀ ਵੀ ਮੈਂ ਆਪਦੇ ਪਿੰਡ 'ਚ ਰਵਾਂ, ਆਪਦੇ ਮਾਨਸਾ ਹੈ ਨਾ ਏਰੀਏ ਦਾ ਨਾਂ ਰੋਸ਼ਨ ਕਰਾਂ। ਪਰ ਉਹਦੀ ਇਹ ਸੋਚ ਪੂਰੀ ਨਹੀਂ ਹੋ ਸਕੀ। ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਜ਼ਰੂਰ। ਸਾਡਾ ਅੱਜ ਹੀਰਾ ਖੋਇਆ, ਸਾਨੂੰ ਬਹੁਤ ਦੁੱਖ ਹੋਇਆ ਵੀਰੇ, ਬਹੁਤ ਜ਼ਿਆਦਾ ਦੁੱਖ ਲੱਗਿਆ ਸਾਨੂੰ। ਸਾਨੂੰ ਕੁਛ ਵੀ ਨਹੀਂ ਚੰਗਾ ਲੱਗਦਾ ਕਿਤੇ ਵੀ। ਠੀਕ ਹੈ ਜੀ। ਸੋ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਸਿੱਧੂ ਮੂਸੇਵਾਲਾ ਦੇ ਕਤਲ ਪ੍ਰਤੀ। ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਆ ਜਿਹੜਾ ਉਹ ਮਿਲਣਾ ਚਾਹੀਦਾ ਹੈ। ਭਾਰੀ ਮਾਤਰਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ, ਪਿੰਡ ਵਾਸੀ ਵੀ ਮੌਜੂਦ ਨੇ, ਪਿੰਡ ਦੀਆਂ ਮਹਿਲਾਵਾਂ ਵੀ ਨੇ ਜਿਹੜੀਆਂ ਇੱਕ ਘਰ ਦੇ ਲਾਗੇ ਇੱਕ ਖੇਤ ਦੇ ਵਿੱਚ ਬੈਠੀਆਂ ਨੇ ਧੁੱਪ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ। ਵੀ ਪੰਜਾਬ ਭਰ ਤੋਂ ਵੱਖ ਵੱਖ ਹਿੱਸਿਆਂ ਤੋਂ ਲੋਕ ਨੇ ਜਿਹੜੇ ਉਹ ਪਹੁੰਚੇ ਹੋਏ ਨੇ। ਗਮਗੀਨ ਮਾਹੌਲ ਹੈ ਪੂਰੀ ਤਰ੍ਹਾਂ। ਸਿੱਧੂ ਦੀ ਮ੍ਰਿਤਕ ਦੇਹ ਆ ਜਿਹੜੀ ਉਸਦੇ ਘਰ ਵਿੱਚ ਲਿਆਂਦੀ ਜਾ ਚੁੱਕੀ ਹੈ, ਜਿੱਥੇ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਥੋੜ੍ਹੇ ਸਮੇਂ ਬਾਅਦ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸੇ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਜਾਵੇਗਾ। ਪਰ ਸਿੱਧੂ ਮੂਸੇਵਾਲਾ ਸਰੀਰਕ ਤੌਰ 'ਤੇ ਤਾਂ ਇਹਨਾਂ ਲੋਕਾਂ ਤੋਂ ਦੂਰ ਹੋ ਗਿਆ, ਪਰ ਇਹਨਾਂ ਲੋਕਾਂ ਦੇ ਮਨਾਂ ਵਿੱਚ ਉਹ ਹਮੇਸ਼ਾ ਜਿਉਂਦਾ ਰਹੇਗਾ, ਜਿਸ ਨੇ ਇਸ ਪਿੰਡ ਨੂੰ ਇੱਕ ਵੱਖਰੀ ਪਛਾਣ ਦਿੱਤੀ, ਇੰਟਰਨੈਸ਼ਨਲ ਲੈਵਲ 'ਤੇ ਇਸ ਪਿੰਡ ਦਾ ਨਾਮ ਪਹੁੰਚਾਇਆ।